ਤੁਸੀਂ ਦੇਖ ਸਕਦੇ ਹੋ ਵੀ ਖਾਲਸਾ ਠੰਡੀ ਮਿੱਠੀ ਸ਼ਰਧਾਈ ਲਗਾਈ ਗਈ ਹੈ। ਅਤੇ ਅਸੀਂ ਜਦੋਂ ਇਹਨੂੰ ਵੇਚਿਆ ਆ ਕੇ ਅਤੇ ਰੋਡ ਦੇ ਉੱਤੇ ਲਾਈ ਬੋਰਡ ਬਣਾ ਕੇ ਆਪਣਾ ਲਾਇਆ ਅਤੇ ਸਾਨੂੰ ਇਹਦਾ ਰਿਸਪੋਂਸ ਜਿਹੜਾ ਬਹੁਤ ਵਧੀਆ ਮਿਲਿਆ। ਸਕਰੀ ਇਹ ਲਾਲ ਪੱਥਰ ਹੁੰਦਾ ਵਾ, ਰਾਜਸਥਾਨ ਦੇ ਵਿੱਚੋਂ ਮਿਲਦਾ ਵਾ, ਉੱਥੋਂ ਇਹ ਪੱਥਰ ਬਣ ਕੇ ਆਉਂਦੇ ਨੇ। ਤੁਹਾਡੇ ਮੋਢੇ ਉੱਤੇ ਅਸੀਂ ਦੇਖਿਆ ਬਾਜ ਆ, ਜਿਹੜਾ ਤੁਸੀਂ ਬੜੇ ਲਾਡਾਂ ਦੇ ਨਾਲ ਅਸੀਂ ਦੇਖਿਆ ਤੁਹਾਡੇ ਨਾਲ ਬਿਲਕੁਲ ਬਚਦਾ ਪਿਆ ਵਾ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅੰਮ੍ਰਿਤਸਰ ਦੇ ਗੋਲਡਨ ਗੇਟ ਦੀਆਂ, ਜਿੱਥੇ ਕਿ ਸ਼ਰਧਾਈ ਲਗਾਈ ਆ। ਤੁਸੀਂ ਦੇਖ ਸਕਦੇ ਹੋ ਵੀ ਖਾਲਸਾ ਠੰਡੀ ਮਿੱਠੀ ਸ਼ਰਧਾਈ ਲਗਾਈ ਗਈ ਹੈ। ਜਥੇਦਾਰ ਪੰਜਾਬ ਸਿੰਘ ਸੁਲਤਾਨਵਿੰਡ ਪੰਜ ਹੱਥਾ ਇਹਨਾਂ ਵੱਲੋਂ ਜਿਹੜੀ ਕਿ ਸ਼ਰਧਾਈ ਲਗਾਈ ਹੈ, ਜਿਸ ਸ਼ਰਧਾਈ ਵਿੱਚ ਬਦਾਮ, ਸੌਂਫ, ਕਾਲੀ ਮਿਰਚ, ਖਸਖਸ, ਇਲਾਚੀ ਅਤੇ ਗੁਲਾਬ, ਇਹ ਸਭ ਕੁਝ ਚੀਜ਼ਾਂ ਮਿਲਾ ਕੇ ਜਿਹੜੀ ਕਿ ਠੰਡੀ ਮਿੱਠੀ ਸ਼ਰਧਾਈ ਲਗਾਈ ਗਈ ਹੈ। ਤੁਸੀਂ ਦੇਖ ਸਕਦੇ ਹੋ ਨਿਹੰਗ ਸਿੰਘ ਜੀ, ਗੁਰੂ ਕਿ ਲਾਡੀਆਂ ਫੌਜਾਂ ਨੇ ਇਹਨਾਂ ਵੱਲੋਂ ਜਿਹੜੀ ਕਿ ਸੇਵਾ ਨਿਭਾਈ ਗਈ ਆ, ਅਤੇ ਨਿੰਮ ਦੇ ਜਿਹੜੇ ਸਲੋਤਰ ਦੇ ਨਾਲ ਅਤੇ ਲਾਲ ਜਿਹੜਾ ਇਹਨਾਂ ਕੋਲ ਪੱਥਰ ਆ ਉਸ ਦੇ ਨਾਲ ਜਿਹੜੀ ਕਿ ਨਿਹੰਗ ਸਿੰਘ ਦੀ ਗੁਰੂ ਕੀ ਲਾਡਲੀ ਫੌਜਾਂ ਨੇ ਇਹ ਜਿਹੜੀਆਂ ਦਿਨ ਰਾਤ ਇੱਥੇ ਮਿਹਨਤ ਕਰਕੇ ਜਿਹੜਾ ਸਰਦਾਈ ਦਾ ਕਰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਨੂੰ ਦੱਸੋ ਕਿ ਪੰਜਾਬ ਸਿੰਘ ਜੀ, ਜਥੇਦਾਰ ਜੀ, ਕਿਸ ਤਰ੍ਹਾਂ ਤੁਹਾਡੇ ਮਨ 'ਚ ਆਇਆ ਜਿਹੜਾ ਇੱਥੇ ਸਰਦਾਈ ਲਗਾਈ ਗਈ, ਤੁਹਾਡੇ ਲੋਕ ਕੀ ਕਹਿਣਾ ਚਾਹੋਗੇ? ਮੈਂ ਜੀ, ਸਾਡੇ ਕੋਲ ਇੱਕ ਨਾ ਸ਼ਹੀਦ ਸਿੰਘਾਂ ਦਾ ਸਥਾਨ ਆ ਮਹਿਮਾ ਪੰਡੋਰੀ, ਉੱਥੇ ਸਾਨੂੰ ਪਿਛਲੇ ਸਾਲ ਸੇਵਾ ਮਿਲੀ ਗੁਰਦੁਆਰੇ ਦੀ, ਜਿਹੜੀ ਨਗਰ ਦੀ ਸੰਗਤ ਕੋਲ ਸੇਵਾ ਨਹੀਂ ਸੀ ਹੋ ਰਹੀ ਤਾਂ ਉਹਨਾਂ ਸੇਵਾ ਸਾਨੂੰ ਦੇ ਦਿੱਤੀ, ਅਤੇ ਉਹਨਾਂ ਸਾਨੂੰ ਕਿਹਾ ਕਿ ਬਾਬਾ ਜੀ ਸਿਰਫ ਅਸੀਂ ਤੁਹਾਨੂੰ ਗੁਰਦੁਆਰਾ ਦੇ ਸਕਦੇ, ਤਨਖਾਹ ਕੋਈ ਨਹੀਂ ਦੇ ਸਕਦੇ, ਅਤੇ ਸੇਵਾ ਸੰਭਾਲ ਵੀ ਤੁਸੀਂ ਕਰਨੀ ਅਤੇ ਕੋਈ ਖਰਚਾ ਵੀ ਅਸੀਂ ਤੁਹਾਨੂੰ ਨਹੀਂ ਦੇਣਾ। ਅਤੇ ਅੱਜ ਵੀ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਸ਼ਹੀਦਾਂ ਦੀ ਸੇਵਾ ਅਸੀਂ ਕਰ ਰਹੇ ਹਾਂ, ਅਤੇ ਸਾਡੇ ਕੋਲ ਕਿਰਤ ਵਿਰਤ ਕੋਈ ਨਹੀਂ ਸੀ, ਕੰਮ ਕਾਰ ਕੋਈ ਨਹੀਂ ਸੀ, ਅਸੀਂ ਵਿਹਲੇ ਸਾਂ ਅਤੇ ਬੜਾ ਹੀ ਔਖਾ ਸਮਾਂ ਲੰਘਣ ਦਿਆ ਸੀ, ਅਤੇ ਇੱਦਾਂ ਬਸ ਬੈਠੇ ਬੈਠੇ ਗੁਰੂ ਪਾਤਸ਼ਾਹ ਨੇ ਮਨ ਵਿੱਚ ਫੁਰਨਾ ਬਣਾਇਆ ਕਿ ਆਹ ਜਿਹੜੀ ਸ਼ਰਧਾਈ ਆ ਜੇ ਆਪਾਂ ਘੋੜ ਕੇ ਅਸੀਂ ਆਪ ਪੀਤੀ, ਇੱਕ ਦਿਨ ਪੀਤੀ ਸੀ ਅਤੇ ਅਸੀਂ ਸੋਚਿਆ ਕਿਤੇ ਵੇਚੀਏ ਅਤੇ ਕਿਤੇ ਇਹਦੇ ਵਿੱਚੋਂ ਕਿਰਤ ਬਣ ਸਕਦੀ ਸਾਡੀ, ਅਤੇ ਅਸੀਂ ਜਦੋਂ ਇਹਨੂੰ ਵੇਚਿਆ ਆ ਕੇ ਅਤੇ ਰੋਡ ਦੇ ਉੱਤੇ ਲਾਈ ਬੋਰਡ ਬਣਾ ਕੇ ਆਪਣਾ ਲਾਇਆ ਅਤੇ ਸਾਨੂੰ ਇਹਦਾ ਰਿਸਪੋਂਸ ਜਿਹੜਾ ਬਹੁਤ ਵਧੀਆ ਮਿਲਿਆ, ਸੰਗਤ ਨੇ ਸਾਨੂੰ ਵਧੀਆ ਭਰਵਾਂ ਹੁੰਗਾਰਾ ਦਿੱਤਾ ਜੀ। ਅਤੇ ਮੈਨੂੰ ਦੱਸੋ ਵੀ ਖਾਲਸਾ ਜੀ ਇਹਦੇ ਵਿੱਚ ਕੀ ਪਾਇਆ ਜਾਂਦਾ ਸਦਾਈ ਵਿੱਚ, ਜਦੋਂ ਸਦਾਈ ਤਿਆਰ ਕਰਦੇ ਹੋ ਕਿੰਨੀ ਕੁ ਮਿਹਨਤ ਲੱਗਦੀ ਆ, ਕਿਹੜੇ ਲੱਕੜ ਦੇ ਨਾਲ ਜਿਹੜਾ ਇਹਨੂੰ ਤਿਆਰ ਕੀਤਾ ਜਾਂਦਾ ਵਾ, ਕਿਹੜੇ ਜਿਹੜਾ ਪੱਥਰ ਹੁੰਦਾ ਉਹ ਕਾਹਦਾ ਚੀਜ਼ ਦਾ ਹੁੰਦਾ, ਦਰਸ਼ਕਾਂ ਨੂੰ ਸਾਂਝਾ ਕਰ ਦਿਓ। ਇੱਕ ਜੀ ਇਹ ਲਾਲ ਪੱਥਰ ਹੁੰਦਾ ਵਾ, ਰਾਜਸਥਾਨ ਦੇ ਵਿੱਚੋਂ ਮਿਲਦਾ ਵਾ, ਉੱਥੋਂ ਇਹ ਪੱਥਰ ਬਣ ਕੇ ਆਉਂਦੇ ਨੇ, ਇਹ ਗੋਲ ਚੱਠੂ ਬਣਾ ਕੇ, ਅਤੇ ਇਹਨੂੰ ਅਸੀਂ ਸੁਨਹਿਰਾ ਕਹਿੰਦੇ ਹਾਂ ਜੀ, ਨਿਹੰਗ ਸਿੰਘ ਸੁਨਹਿਰਾ ਕਹਿੰਦੇ ਇਹਨੂੰ, ਅਤੇ ਇਹ ਇੱਕ ਨਿੰਮ ਦਾ ਘੋਟਣਾ ਹੁੰਦਾ ਵਾ ਉਹਨੂੰ ਅਸੀਂ ਸਲੋਤਰ ਕਹਿੰਦੇ ਹਾਂ ਜੀ, ਅਤੇ ਇਹਦੇ ਵਿੱਚ ਬਦਾਮ, ਖਸਖਾਸ, ਸੌਂਫ, ਇਲਾਚੀ, ਗੁਲਾਬ ਦੇ ਫੁੱਲ, ਕਾਲੀ ਮਿਰਚ, ਖਸਖਸ, ਕਾਜੂ, ਬਦਾਮ ਸਾਰਾ ਕੁਝ ਪਾ ਕੇ ਅਤੇ ਇਹਨੂੰ ਰਗੜ ਕੇ ਮਿਕਸ ਕਰਕੇ ਅਤੇ ਬਾਅਦ ਵਿੱਚ ਇਹਦੀ ਇੱਕ ਮਤਲਬ ਵਧੀਆ ਘੋਲ ਬਣਾ ਕੇ ਸ਼ਰਧਾਈ ਨੂੰ ਨਾਂ ਦਿੱਤਾ ਗਿਆ ਜੀ। ਜੀ ਇਹਦੇ ਨਾ ਵੇਖੋ, ਜਿੱਦਾਂ ਆਪਾਂ ਤੁਹਾਨੂੰ ਦੱਸਿਆ ਬਦਾਮ, ਖਸਖਾਸ, ਬਦਾਮ ਵੀ ਸਿਹਤ ਵਾਸਤੇ ਤਾਕਤਵਰ ਚੀਜ਼ ਹੈਗੀ ਆ, ਅਤੇ ਕਾਲੀ ਮਿਰਚ ਜਿਹੜੀ ਆ ਸਾਡੇ ਖੂਨ ਨੂੰ ਸਾਫ਼ ਕਰਦੀ, ਗਲੇ ਨੂੰ ਸਾਫ਼ ਕਰਦੀ ਆ, ਸੌਂਫ, ਜਿੱਦਾਂ ਇਲਾਚੀ ਆ, ਇਹ ਸਾਰੀਆਂ ਚੀਜ਼ਾਂ ਮਤਲਬ ਵੀ ਸਿਹਤ ਦਾ ਕੋਈ ਨੁਕਸਾਨ ਨਹੀਂ ਕਰਦੀਆਂ, ਇਹਦੇ ਨਾਲ ਹਰ ਚੀਜ਼ ਦੇ ਨਾਲ ਫਾਇਦਾ ਹੀ ਹੁੰਦਾ। ਅਤੇ ਜਿਹੜਾ ਇਹ ਸੁਨਹਿਰਾ ਹੁੰਦਾ ਸਾਡਾ ਸਲੋਤਰ, ਇਹ ਨਿੰਮ ਵਾਲਾ, ਇਹ ਵੀ ਜਿਹੜਾ ਵਾ ਰਗੜਦੇ ਜਦੋਂ ਘੱਟੋ ਘੱਟ ਅੱਧਾ ਪੌਣਾ ਘੰਟਾ ਅਸੀਂ ਜਿਹੜਾ ਰਗੜਾ ਲਾਉਂਦੇ ਹਾਂ, ਅਤੇ ਇਹ ਰਗੜਾ ਜਿਹੜਾ ਲੱਗ ਜਾਂਦਾ ਵਾ ਇਹਦੇ ਵਿੱਚ ਲੱਕੜ ਜਿਹੜੀ ਆ ਜ਼ਰੂਰ ਘਸਦੀ ਹੈ, ਵਿੱਚ ਜਾਂਦੀ ਹੈ, ਅਤੇ ਉਹ ਜਿਹੜੀਆਂ ਚੀਜ਼ਾਂ ਮਤਲਬ ਵੀ ਆਪਾਂ ਇਹ ਸਾਰੀਆਂ ਰਗੜ ਕੇ ਮਿਕਸਚਰ ਬਣ ਜਾਂਦਾ, ਇਹਦੇ ਨਾਲ ਸਿਹਤ ਦਾ ਬਹੁਤ ਜ਼ਿਆਦਾ ਸਾਡਾ ਫਾਇਦਾ ਹੁੰਦਾ। ਅਤੇ ਇਹ ਚੀਜ਼ਾਂ ਡਾਕਟਰਾਂ ਕੋਲੋਂ ਵੀ ਜਾ ਕੇ ਪੁੱਛੋ, ਡਾਕਟਰ ਵੀ ਅੱਜ ਸਾਨੂੰ ਸਲਾਹ ਦਿੰਦੇ ਨੇ ਆਮ ਲੋਕਾਂ ਨੂੰ ਕਿ ਸਾਨੂੰ ਕੋਲਡ ਡਰਿੰਕ ਵਗੈਰਾ ਜਿਹੜੀਆਂ ਉਹ ਨਹੀਂ ਪੀਣੀਆਂ ਚਾਹੀਦੀਆਂ, ਕੋਲਡ ਡਰਿੰਕ ਜ਼ਹਿਰ ਆ, ਅਤੇ ਇਹਦੀ ਜਗ੍ਹਾ 'ਤੇ ਜਿਹੜਾ ਇਹ ਬਦਾਮ ਜਿਹੜਾ ਵਾ, ਜਿਹੜਾ ਰਗੜਾਈ ਸ਼ਰਦਾਈ ਅਸੀਂ ਬਣਾਉਂਦੇ ਹਾਂ, ਇਹ ਜਿਹੜੀ ਪੀਣੀ ਚਾਹੀਦੀ ਹੈ ਜੀ। ਮੈਨੂੰ ਦੱਸੋ ਵੀ ਜਥੇਦਾਰ, ਅਸੀਂ ਦੇਖਿਆ ਵੀ ਖਾਸ ਕਰਕੇ ਜਿਹੜਾ ਤੁਸੀਂ ਇੱਕ ਤੁਹਾਡੇ ਮੋਢੇ ਉੱਤੇ ਅਸੀਂ ਦੇਖਿਆ ਬਾਜ ਆ, ਜਿਹੜਾ ਤੁਸੀਂ ਬੜੇ ਲਾਡਾਂ ਦੇ ਨਾਲ ਅਸੀਂ ਦੇਖਿਆ ਤੁਹਾਡੇ ਨਾਲ ਬਿਲਕੁਲ ਬਚਦਾ ਪਿਆ ਵਾ,
ਤੇ ਕਿਸ ਤਰ੍ਹਾਂ ਜਿਹੜਾ ਇਹ ਬਾਜ ਲਿਆਉਂਦਾ, ਬਾਜ ਦਾ ਨਾਂ ਕੀ ਆ, ਤੇ ਮੈਨੂੰ ਦੱਸੋ ਵੀ ਹਰ ਟਾਈਮ ਜਿਹੜਾ ਇਹ ਬਾਜ ਤੁਹਾਡੇ ਨਾਲ ਰਹਿੰਦਾ ਹੈ? ਜੀ, ਬਾਜ ਨਾ ਇਹ ਸਾਨੂੰ ਕਿਸੇ ਨੇ ਭੇਟਾ ਕੀਤਾ ਜੀ। ਗੁਜਰਾਤ ਤੋਂ ਆਏ ਸੀ ਹਿੰਦੂ ਵੀਰ ਸੀਗੇ, ਤੇ ਸਾਡੇ ਕੋਲ ਸ਼ਰਦਾਈ ਪੀਣ ਆਏ ਤੇ ਸਾਨੂੰ ਕਹਿੰਦੇ ਵੀ ਬਾਬਾ ਜੀ ਅਸੀਂ ਤੁਹਾਨੂੰ ਇੱਕ ਚੀਜ਼ ਦੇ ਕੇ ਜਾਣੀ ਆ। ਤੇ ਬਾਜ ਤਾਂ ਮੈਂ ਵੇਖ ਲਿਆ ਸੀ ਉਹਨਾਂ ਦੀ ਗੱਡੀ ਦੇ ਵਿੱਚ, ਤੇ ਮੈਨੂੰ ਮਨ ਵਿੱਚ ਫੁਰਨਾ ਬਣ ਗਿਆ ਸੀ ਕਿ ਨਾ ਬਾਜ ਸਾਨੂੰ ਦੇਣਾ ਵਾ, ਤੇ ਸਾਨੂੰ ਉਹਨਾਂ ਦਿੱਤਾ। ਸਾਡਾ ਮਨ ਬਹੁਤ ਪ੍ਰਸੰਨ ਹੋਇਆ, ਬਹੁਤ ਖੁਸ਼ੀ ਹੋਈ ਕਿ ਸਾਨੂੰ ਇੱਕ ਬਾਜ ਜਿਹੜਾ ਮੇਰਾ ਕਾਫੀ ਸਮੇਂ ਤੋਂ ਹੀ ਲੱਭ ਰਿਹਾ ਸੀ, ਬਾਜ ਸਾਨੂੰ ਬਾਜ ਨਹੀਂ ਸੀ ਕਿਤੇ ਮਿਲਦਿਆ। ਤੇ ਇਹ ਸ਼ਹੀਦਾਂ ਸਿੰਘਾਂ ਦੀ ਕਿਰਪਾ ਲਾ ਲਓ ਜਿਹੜਾ ਇਹ ਸਾਨੂੰ ਆਪ ਆ ਕੇ ਜਿਹੜੇ ਭੇਟ ਕਰਕੇ ਗਏ ਨੇ, ਤੇ ਇਹਦਾ ਨਾਮ ਬਾਜ ਦਾ ਬਾਦਸ਼ਾਹ ਵਾ। ਤੇ ਗੱਲ ਕਰੀ ਜਿੱਥੇ ਦਾ ਪੰਜਾਬ ਸਿੰਘ ਜੀ, ਅਸੀਂ ਦੇਖਿਆ ਵੀ ਥਾਂ ਥਾਂ 'ਤੇ ਹਰ ਕੋਈ ਜਿਹੜਾ ਸ਼ਰਦਾਈ ਲਗਾ ਕੇ ਬਹਿ ਜਾਂਦਾ ਵਾ। ਅਸੀਂ ਦੇਖਿਆ ਵੀ ਜ਼ਿਆਦਾਤਰ ਅਸੀਂ ਕਹਿੰਦੇ ਜਿਵੇਂ ਵੀ ਗੁਰੂ ਕੀ ਲਾਡਲੀ ਫੌਜਾਂ ਨਿਹੰਗ ਸਿੰਘ, ਉਹਨਾਂ ਕੋਲ ਜਿਹੜਾ ਇਹ ਸ਼ਰਦਾਈ ਜਿਹੜੀ ਜ਼ਿਆਦਾਤਰ ਤਿਆਰ ਕਰਦੇ ਨੇ, ਉਹਨਾਂ ਵੱਲੋਂ ਇਸ ਵਿੱਚ ਜਿਹੜੀ ਕਿ ਜਾਨ ਫੂਕੀ ਜਾਂਦੀ ਆ, ਅੰਮ੍ਰਿਤ ਛਕਿਆ ਜਾਂਦਾ ਵਾ, ਤਾਂ ਕਹਿ ਲਓ ਵੀ ਪਰਮਾਤਮਾ ਨਾਲ ਲੈ ਕੇ ਅਰਦਾਸ ਬੇਨਤੀ ਕਰਕੇ ਜਿਹੜਾ ਇਹ ਤਿਆਰ ਕੀਤਾ ਜਾਂਦਾ। ਪਰ ਅਸੀਂ ਦੇਖਿਆ ਵੀ ਕਈ ਲੋਕ ਥਾਂ ਥਾਂ 'ਤੇ ਜਿਹੜਾ ਸਰਦਾਈ ਤਿਆਰ ਕਰਨ ਬਹਿ ਜਾਂਦੇ ਨੇ, ਨਾ ਤਾਂ ਉਹ ਗੁਰੂ ਸਿੰਘ ਹੁੰਦੇ ਨੇ, ਨਾ ਹੀ ਉਹਨਾਂ ਅੰਮ੍ਰਿਤ ਛਕੇ ਹੁੰਦੇ ਨੇ, ਕਿ ਲੱਗਦਾ ਵੀ ਜਿਹੇ ਨੂੰ ਵੱਧ ਤੋਂ ਵੱਧ ਰੋਕਣਾ ਚਾਹੀਦਾ, ਕਿਉਂਕਿ ਜਿਹੜਾ ਜ਼ਿਆਦਾਤਰ ਸਰਦਾਈ ਹੁੰਦੀ ਆ ਇਹ ਰੱਬ ਦੇ ਨਾਲ ਜਿਹੜੀ ਜੋੜੀ ਜਾਂਦੀ ਆ, ਅੰਮ੍ਰਿਤ ਨੂੰ ਤਿਆਰ ਕੀਤੀ ਜਾਂਦੀ ਆ। ਬਿਲਕੁਲ, ਅਸੀਂ ਕੀਤੀ ਸੀ ਵੱਡੇ ਜਥੇਦਾਰਾਂ ਨਾਲ ਗੱਲ ਕੀਤੀ ਸੀ ਕਿ ਇੱਦਾਂ ਮਤਲਬ ਵੀ ਸਰਦਾਈ, ਉਹ ਕਹਿੰਦੇ ਪਹਿਲੀ ਗੱਲ ਤਾਂ ਸਰਦਾਈ ਵੇਚਣੀ ਨਹੀਂ ਚਾਹੀਦੀ, ਅਤੇ ਇਹ ਕਿਉਂਕਿ ਗੁਰੂ ਕੀਆਂ ਫੌਜਾਂ ਦੇ ਲੰਗਰ ਹੁੰਦੇ ਨੇ, ਅਤੇ ਬਾਕੀ ਜੇ ਕੋਈ ਆਪਣੀ ਕਿਰਤ ਕਮਾਈ ਵਾਸਤੇ ਜੇ ਕੋਈ ਕਰ ਰਿਹਾ ਵਾ ਤਾਂ ਕੋਈ ਗੱਲ ਨਹੀਂ। ਅਤੇ ਅਸੀਂ ਇਹ ਗੱਲ ਕੀਤੀ ਸੀ ਵੀ ਜਿਹੜੇ ਸਿਵਲ ਬੰਦੇ ਵੇਚ ਰਹੇ ਨੇ, ਉਹ ਕਹਿੰਦੇ ਵੀ ਚਲੋ ਕੋਈ ਨਾ, ਜਿਨ੍ਹਾਂ ਨੇ ਤੁਹਾਡੇ ਨਾਲ ਪਿਆਰ, ਜਿਹਨੇ ਨਿਹੰਗ ਸਿੰਘ ਫੌਜਾਂ ਕੋਲ ਛਕਣਾ ਉਹਨਾਂ ਤੁਹਾਡੇ ਕੋਲ ਆ ਕੇ ਛਕਣਾ। ਇਹ ਸੱਚ ਆ ਗੱਲ ਵੀ ਉਹ ਮੈਂ ਵੇਖੇ ਨੇ ਮੱਖੀਆਂ ਮਾਰਦੇ ਬੈਠੇ ਵੇਖੇ ਨੇ, ਉਹ ਕੰਮ ਨਹੀਂ ਹੈਗਾ ਉਹਨਾਂ ਦੇ ਕੋਲ, ਲਾ ਤਾਂ ਬੈਠੇ ਨੇ। ਅਤੇ ਪਰ ਜਿਹੜਾ ਸਾਡੇ ਕੋਲ ਆ, ਵੇਖੋ ਹੁਣ ਵੀ ਪਿੱਛੇ ਕੈਮਰਾ ਘੁਮਾ ਕੇ ਵੇਖੋ ਕਿੱਦਾਂ ਸੰਗਤਾਂ ਦਾ ਮਹਾਰ ਬਣਿਆ ਹੋਇਆ ਵਾ, ਸਾਡੇ ਕੋਲ ਕਾਫੀ ਸੰਗਤ ਆਉਂਦੀ ਆ, ਛਕਦੀ ਆ, ਅਤੇ ਨਿਹੰਗ ਸਿੰਘ ਬਾਣੇ ਕਰਕੇ ਸਾਨੂੰ ਪਿਆਰ ਜ਼ਿਆਦਾ ਮਿਲਦਾ ਪਿਆ ਜੀ। ਅਤੇ ਮੈਨੂੰ ਦੱਸੋ ਵੀ ਜਥੇਦਾਰ ਜੀ ਜਾਂਦੇ ਆ ਸੁਨੇਹਾ ਕੀ ਦੇਣਾ ਚਾਹੋਗੇ ਅੰਮ੍ਰਿਤਸਰ ਵਾਸੀਆਂ ਨੂੰ, ਲੋਕਾਂ ਨੂੰ ਖਾਸ ਕਰਕੇ, ਆਪਣੇ ਵੱਲੋਂ ਕੀ ਅਪੀਲ ਕੀ ਕਰਨਾ ਚਾਹੋਗੇ? ਵੇਖੋ ਜੀ, ਅੰਮ੍ਰਿਤਸਰ ਵਾਸੀਆਂ ਨੂੰ, ਤਕਰੀਬਨ ਮੈਂ ਪੂਰੇ ਪੰਜਾਬ ਵਾਸੀਆਂ ਨੂੰ, ਗੁਰਸਿੱਖਾਂ ਨੂੰ, ਸਾਰੀ ਆਮ ਸਿੱਖ ਸੰਗਤ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਪਿਆਰ ਅਤੇ ਇਤਫਾਕ ਦੇ ਨਾਲ ਆਪਸੀ ਪ੍ਰੇਮ ਭਾਈਚਾਰੇ ਦੇ ਨਾਲ ਰਹਿਣਾ ਚਾਹੀਦਾ, ਅਤੇ ਆਪਣੀ ਕਿਰਤ ਕਮਾਈ ਕਰਕੇ ਖਾਣੀ ਚਾਹੀਦੀ ਹੈ, ਚੋਰੀ ਠੱਗੀ ਜਿਹੜੀ ਇਹ ਨਹੀਂ ਕਰਨੀ ਚਾਹੀਦੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ, ਖਾਲਸਾ ਵਾਹਿਗੁਰੂ ਫਤਿਹ। ਇਹ ਸੀ ਗੱਲਬਾਤ ਕੀਤੀ ਜਥੇਦਾਰ ਪੰਜਾਬ ਸਿੰਘ ਸੁਲਤਾਨਵਿੰਡ, ਜਿਹੜੇ ਕਿ ਪੰਜ ਹੱਥਾਂ ਦਾ। ਤੁਸੀਂ ਦੇਖਿਆ ਵੀ ਇਹਨਾਂ ਵੱਲੋਂ ਸਰਦਾਈ ਤਿਆਰ ਕੀਤੀ ਜਾਂਦੀ ਆ, ਅਤੇ ਸਰਦਾਈ ਬੜੀ ਮਿਹਨਤ ਦਾ ਨਿਮਰਤਾ ਨਾਲ ਤਿਆਰ ਕੀਤੀ ਜਾਂਦੀ ਆ, ਜਿੱਥੇ ਕਿ ਰੱਬ ਦਾ ਨਾਂ ਲੈ ਕੇ ਤਿਆਰ ਕੀਤੀ ਜਾਂਦੀ ਹੈ। ਅਤੇ ਇਹਨਾਂ ਵੱਲੋਂ ਇੱਕ ਜਿਹੜਾ ਬਾਜ ਆ, ਤੁਸੀਂ ਦੇਖਿਆ ਬਾਜ ਮੋਢੇ ਉੱਤੇ ਰੱਖਿਆ ਗਿਆ, ਅਤੇ ਜਿਸ ਦਾ ਨਾਂ ਬਾਦਸ਼ਾਹ ਵਾ। ਅਸੀਂ ਦੇਖਿਆ ਗੁਰੂ ਕੀ ਲਾਡੀਆਂ ਜਿਹੜੀਆਂ ਫੌਜਾਂ ਨੇ ਨਿਹੰਗ ਸਿੰਘ, ਜਿਹੜੀਆਂ ਖਾਸ ਕਰਕੇ ਹਮੇਸ਼ਾ ਬਹਾਦਰ ਕੌਮ ਜਿਹੜੀ ਗਿਣੀ ਜਾਂਦੀ ਆ, ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਵੱਲੋਂ ਜਿਹੜਾ ਕੀ ਇਹ ਸ਼ਰਦਾਈ ਤਿਆਗ ਕੀਤੀ ਹੈ। ਅਤੇ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਬਿਲਕੁਲ ਲਾਗੇ ਜਿਹੜਾ ਇਹ ਜਥੇਦਾਰ ਵੱਲੋਂ ਜਿਹੜਾ ਕਿ ਪੰਜਾਬ ਸਿੰਘ ਜਿਹੜੇ ਆ ਉਹਨਾਂ ਵੱਲੋਂ ਸ਼ਰਦਾਈ ਤਿਆਗ ਕੀਤੀ ਜਾਂਦੀ। ਸਾਡੀ ਦਰਸ਼ਕਾਂ ਨੂੰ ਅਪੀਲ ਆ, ਜਿਹੜੀਆਂ ਵੀ ਸੰਗਤਾਂ ਅੰਮ੍ਰਿਤਸਰ ਸਾਹਿਬ ਨੂੰ ਆਉਂਦੀਆਂ ਜਾਂ ਜਾਂਦੀਆਂ ਨੇ, ਅਤੇ ਗੋਲਡਨ ਗੇਟ ਦੇ ਬਿਲਕੁਲ ਲਾਗੇ ਜਿਹੜਾ ਕਿ ਜਥੇਦਾਰ ਪੰਜਾਬ ਸਿੰਘ ਸੁਲਤਾਨਵਿੰਡ ਵੱਲੋਂ ਜਿਹੜਾ ਕਿ ਜੇ ਸਰਦਾਈ ਤਿਆਗ ਕੀਤੀ ਗਈ ਆ, ਅਤੇ ਕੋਲਡ ਡਰਿੰਕਾਂ ਨੂੰ ਛੱਡ ਕੇ ਜਿਹੜੀ ਕਿ ਸਰਦਾਈ ਪੀਣੀ ਚਾਹੀਦੀ ਆ, ਜਿਹੜੀ ਸਾਡੀ ਸਿਹਤ ਵਾਸਤੇ ਬਹੁਤ ਲਾਹੇਵੰਦ ਆ। ਜਿਵੇਂ ਗਰਮੀ ਪੈ ਰਹੀ ਆ, ਗਰਮੀ ਦਾ ਮੌਸਮ ਆ, ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਆ ਵੱਧ ਤੋਂ ਵੱਧ ਸ਼ਰਦਾਈ ਪੀਓ, ਤਾਂ ਕਿ ਜਿਹੜੀਆਂ ਤੁਹਾਡੀ ਗਰਮੀ ਜਿਹੜੀ ਆ ਉਹ ਦੂਰ ਹੋ ਸਕੇ, ਅਤੇ ਤੁਹਾਡੀ ਸਿਹਤ ਜਿਹੜੀ ਆ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।